ਕੀਤੀ ਰਹੇਗੀ ਇਲੈਕਸ਼ਨ ਪੰਚਾਇਤਾਂ ਦੇ ਉੱਪਰ ਆ ਗਏ ਹੈਗੇ। ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਜੀ। ਤੇ ਬਾਕੀ ਇਹ ਕਿ ਪੰਚਾਇਤੀ ਇਲੈਕਸ਼ਨ ਆ ਗਈਆਂ ਨੇ, ਅਸੀਂ ਬਠਿੰਡਾ ਅਤੇ ਮਾਨਸਾ ਜ਼ਿਲ੍ਹੇ ਦੇ ਵਿੱਚ ਬਕਾਇਦਾ ਮਸਤੈਦੀ ਦੇ ਨਾਲ ਜਿਹੜੇ ਇਲੈਕਸ਼ਨ ਕਰਾਵਾਂਗੇ, ਫੇਅਰ ਇਲੈਕਸ਼ਨ ਕਰਾਵਾਂਗੇ। ਹਰੇਕ ਥਾਂ 'ਤੇ ਜਿਹੜੀ ਇਹ ਫੋਰਸ ਪ੍ਰੋਪਰ ਉੱਥੇ ਪ੍ਰੋਵਾਈਡ ਕੀਤੀ ਜਾਏਗੀ। ਇਸ ਤੋਂ ਸਿਵਾਏ ਜਿਹੜੇ ਵੀ ਮਾੜੇ ਅਨਸਰ ਨੇ, ਮਾੜੇ ਅਨਸਰਾਂ 'ਤੇ ਪੂਰੀ ਸਖਤੀ ਰੱਖੀ ਜਾਏਗੀ। ਸਾਡੇ ਐਸ ਐਸ ਪੀ ਬਠਿੰਡਾ ਅਤੇ ਮਾਨਸਾ ਦੇ ਦੋਨੇ ਹੀ ਬਹੁਤ ਮਿਹਨਤੀ ਨੇ, ਅਤੇ ਜਿੰਨੇ ਡਰੱਗ ਪੈਡਲਰਸ ਨੇ ਉਹਨਾਂ ਖਿਲਾਫ਼ ਵੀ ਪ੍ਰੋਪਰ ਪੁਲਿਸ ਵੱਲੋਂ ਜਿਹੜਾ ਸਖਤੀ ਨਾਲ ਜਿਹੜਾ ਐਕਸ਼ਨ ਲਿਆ ਜਾਏਗਾ। ਜਿਹਨੇ ਵੀ ਡਰੱਗ ਪੈਡਲਰ ਨੇ ਜਿਹੜੇ ਫੜੇ ਜਾਂਦੇ ਨੇ, ਉਹਨਾਂ ਦੀਆਂ ਅਸੀਂ ਪ੍ਰੋਪਰਟੀਜ਼ ਨੂੰ ਜ਼ਬਤ ਕਰਾਵਾਂਗੇ ਉਹਨਾਂ ਨੂੰ। ਅਤੇ ਬਾਕੀ ਲੋਕਾਂ ਨੂੰ ਅਪੀਲ ਹੈ ਕਿ ਜਿੱਥੇ ਵੀ ਉਹਨਾਂ ਨੂੰ ਕਿਸ ਤਰ੍ਹਾਂ ਦੀ ਮੁਸ਼ਕਲ ਆਉਂਦੀ ਹੈ, ਸਾਡੇ ਐਸ ਐਸ ਪੀ ਸਾਹਿਬ ਉਹਨਾਂ ਨੂੰ ਆ ਕੇ ਦੱਸਣ, ਮੈਨੂੰ ਆ ਕੇ ਦੱਸਣ, ਉਹਨਾਂ ਦੀ ਹਰੇਕ ਜਿਹੜੀ ਮੁਸ਼ਕਲ ਹੈ ਪਹਿਲ ਦੇ ਆਧਾਰ 'ਤੇ ਹੱਲ ਕੀਤੀ ਜਾਏਗੀ। ਥੈਂਕ ਯੂ।